ਕਹਿੰਦੇ ਨੇ ਭੰਡਾਲ ਦੋਨਾਂ ਪੈਂਟ ਸਦਮਾ ਦੋਨਾਂ ਦੇ ਲਾਗੇ ਮੰਨਣ ਦੋਨਾਂ ਦੇ ਲਾਗੇ ਤੇ ਦੂਜੇ ਪਾਸੇ ਟੀਮ ਕਹਿੰਦੇ ਨੇਕੇ ਮਾਲੂਪੁਰੀਏ ਦੀ ਆ ਉਹ ਸ਼ੇਰਪੁਰੀਆ ਸੱਤੂ ਉਹ ਸ਼ੇਰਪੁਰੀਆ ਸੱਤੂ ਜਿਹਨੇ ਸਧਰਾਵਾਂ ਦੇ ਕਬੱਡੀ ਕੱਪ ਤੇ ਕਹਿੰਦੇ ਗਾ ਜਿੱਤੀ ਅੱਜ ਦੇਖਦੇ ਵੀ ਕਿਹੜੇ ਮੋਟਰਸਾਈਕਲ ਜਿੱਤ ਕੇ ਜਾਣਗੇ ਵੱਡੀ ਮੁਬਾਰਕਬਾਦ ਹੈ ਸਾਡੇ ਭਰਾਵਾਂ ਨੂੰ ਅੱਜ ਜਿਹਨਾਂ ਦਾ ਵੱਡਾ ਖੇਡ ਮੇਲਾ ਮੱਲੀ ਸਾਹਿਬ ਅੱਜ ਤੇ ਕਹਿੰਦੇ ਸਿਰਾ ਹੋ ਗਿਆ ਅੱਜ ਤੇ ਕਹਿੰਦੇ ਐਨ ਕਹਿੰਦੇ ਵੱਡਾ ਖੇਡ ਮੇਲਾ ਹੋ ਗਿਆ ਕਹਿੰਦੇ ਖੋਜੇ ਵਾਲੀਆਂ ਮੁੰਨਾ ਕਬੱਡੀ ਪਾ ਰਿਹਾ ਮੇਰੇ ਵੀਰਿਓ ਖੋਜੇ ਵਾਲੀਆਂ ਮੁੰਨਾ ਕਬੱਡੀ ਪਾ ਰਿਹਾ ਜਾਫੀ ਚਾਰ ਹੈ ਇੱਕ ਪਾਸੇ ਜ਼ਿਲ੍ਹੇ ਮੋਗੇ ਦਾ ਚਗਾਵਾਂ ਪਿੰਡ ਪਰ ਇਹ ਨੌਜਵਾਨ ਗੁਰਵਿੰਦਰ ਹੈ ਘੋੜੀਏ ਵਾਲਾ ਨੌਜਵਾਨ ਖੋਜੇ ਵਾਲੀਆਂ ਮੁੰਨਾ ਔਰ ਵਰਿੰਦਰ ਖੇਮ ਕਰਨੀ ਹੈ ਬਾਈ ਕਲਸੀ ਨੂੰ ਮਿਲ ਲਵੇ ਅਗਲੀ ਰੇਡ ਜਨੇਤਪੁਰਾ ਪਿੰਡ ਅਮਰੂ ਨੇ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਕੀਤਾ ਮੇਰੇ ਵੀਰਿਓ ਇਹ ਆ ਜਗਰਾਓ ਏਰੀਏ ਦਾ ਜਨੇਤਪੁਰੇ ਪਿੰਡ ਦਾ ਅੰਤਰ ਕਬੱਡੀ ਪਾ ਰਿਹਾ ਨੌਜਵਾਨ ਖੇਡਦੇ ਮੈਦਾਨ ਦੇ ਵਿੱਚ ਕਿ ਕਰਕੇ ਯਾਦ ਗੁਣਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਜਿਸ ਜਾਫੀ ਪਕੜ ਬਣਾਈ ਲਾਊ ਧਾਵੀ ਦੀ ਬ੍ਰੇਕ ਲਓ ਇੱਕ ਪਾਸੇ ਤੌਰਾ ਹੈ ਤਾਸ਼ਪੁਰੀ ਹੈ ਨਾਲ ਸਮਾਨ ਭਾਈ ਪਿੰਡ ਹੈ ਪਾਲੇ ਦਾ ਜਾਫੀ ਚਾਰ ਤੇ ਚਾਰਾਂ ਦੇ ਵਿੱਚੋਂ ਕਿਹੜਾ ਕੋਸ਼ਿਸ਼ ਕਰਕੇ ਜੱਫਾ ਲਾ ਕੇ ਬੱਲੇ ਬੱਲੇ ਕਰਾਵੇਗਾ ਉਹ ਆਏ ਨੌਜਵਾਨਾਂ ਤਾਸ਼ਪੁਰੀ ਹੈ ਕਰ ਗਿਆ ਆਇਆ ਕਹਿੰਦੇ ਸੁਲਤਾਨਪੁਰ ਲੋਧੀ ਦੇ ਏਰੀਏ ਤੋਂ ਮੇਰੇ ਵੀਰਿਓ ਆਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਜਿਨ੍ਹਾਂ ਨੇ ਜ਼ਿੰਦਗੀ ਦਾ ਜ਼ਿਆਦਾ ਸਮਾਂ ਸੁਲਤਾਨਪੁਰ ਲੋਧੀ ਦੇ ਵਿੱਚ ਬਤੀਤ ਕੀਤਾ ਅੱਜ ਕਹਿੰਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰੌਣਕਾਂ ਮੇਰੇ ਵੀਰਿਓ ਅੱਜ ਕਹਿੰਦੇ ਨੱਥੂ ਚੱਕ ਜਦੋਂ ਕਹਿੰਦੇ 2019 ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜ਼ਿਲ੍ਹਾ ਚੈਂਪੀਅਨ ਹੋਈ ਤੇ ਤਰਨ ਤਾਰਨ ਦੀ ਜੇਲ ਟੀਮ ਨੇ ਕਹਿੰਦੇ ਕੱਪ ਜਿੱਤਿਆ ਤੇ ਕਹਿੰਦੇ ਸੁਖਵਿੰਦਰ ਚੋਹਲਾ ਸਾਹਿਬ ਨੂੰ ਉਹ ਕੱਪ ਜਿਹੜਾ ਸਮਰਪਿਤ ਹੋਇਆ ਮੇਰੇ ਵੀਰਿਓ ਕਬੱਡੀ ਦਾ ਜਹਾਜ਼ ਪਰ ਸਾਹਮਣੇ ਦੁੱਲਾ ਕਬੱਡੀ ਪਾ ਰਿਹਾ ਇਹਦਾ ਖੀਰਾ ਵਾਲ ਪੈਂਡਾ ਹੈ ਇਹ ਕਹਿੰਦੇ ਖੀਰਾ ਵਾਲੀ ਇਹ ਧਾਰੀ ਨੂੰ ਆਪਣਾ ਉਸਤਾਦ ਮੰਨਦਾ ਹੁਣ ਮੱਲੀ ਸਾਹਿਬ ਵਿਸਲ ਕਿਹਦੇ ਲਈ ਮਾਰਨਗੇ ਇੱਕ ਪਾਸੇ ਕਹਿੰਦੇ ਵਿੱਕੀ ਸ਼ੇਖ ਦੌਲਤ ਵਾਲਾ ਪਰ ਸਾਹਮਣੇ ਲਾਲੀ ਉਹ ਚਗਾਵਾਂ ਵਾਲਾ ਲਾਲੀ ਅਮਰਜੀਤ ਸਿੰਘ ਸਰਪੰਚ ਦਾ ਪੁੱਤਰ ਅਮਰਜੀਤ ਸਿੰਘ ਸਰਪੰਚ ਦਾ ਪੁੱਤਰ ਜ਼ਿਲ੍ਹੇ ਮੋਗੇ ਦੇ ਚਗਾਵਾਂ ਪਿੰਡ ਦਾ ਲਾਲੀ ਜੱਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਉਧਰ ਸਾਡੇ ਮਹੀਪ ਸਰਕਾਰੀਆ ਸਾਹਿਬ ਗੋਲੂ ਸਰਕਾਰੀਆ ਸਾਹਿਬ ਬਾਈ ਗੁਰਸ਼ਰਨ ਸਰਕਾਰੀਆ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜੇ ਲੈ ਵੀ ਆ ਖਿਡਾਰੀ ਦਾ ਪਿੰਡ ਕਹਿੰਦੇ ਮਾਧੋ ਝੰਡਾ ਮਾਧੋਪੁਰਾ ਸੋਰੀ ਮਾਧੋਪੁਰੀਆ ਕਮਲ ਕਬੱਡੀ ਪਾ ਰਿਹਾ ਮੇਰੇ ਵੀਰਿਓ ਇੱਕ ਪਾਸੇ ਸੱਤੂ ਹੈ ਨਾਲ ਕਹਿੰਦੇ ਕਾਲਾ ਪਿੰਡ ਕਾਲਾ ਸੰਘਿਆ ਦੁਨੀਆ ਵਿੱਚ ਮਸ਼ਹੂਰ ਹੈ ਉਹ ਨਵੜਾ ਕਹਿੰਦੇ ਕਾਲੇ ਸੰਘਿਆ ਵਾਲਾ ਪਰ ਆਹ ਕਹਿੰਦੇ ਪਾਲਾ ਸਮਾਧ ਭਾਈ ਵਾਲਾ ਪਾਲਾ ਉਹ ਗੁਰੂ ਦਾ ਸਿੰਘ ਉਹ ਸਿੰਘ ਜੀ ਕਹਿੰਦਾ ਉਹ ਸਾਹਮਣੇ ਟਰਾਈ ਕਰਦਾ ਕਿ ਕੋਸ਼ਿਸ਼ ਕਰਨੇ ਵਾਲੋ ਕੀ ਕਭੀ ਹਾਰ ਨਹੀਂ ਹੋਤੀ ਕੁਝ ਵੀ ਨਾ ਕੀਏ ਬਿਨਾ ਜੈ ਜੈਕਾਰ ਨਹੀਂ ਹੋਤੀ ਕੋਸ਼ਿਸ਼ ਕਰਨੇ ਵਾਲੋ ਕੀ ਕਭੀ ਹਾਰ ਨਹੀਂ ਹੋਤੀ ਲਓ ਖੇਡ ਮੈਦਾਨ ਚ ਅਗਲੀ ਰੇਡ ਇਹ ਹੈ ਕਹਿੰਦੇ ਮੌਜੂ ਜੱਟ ਕਰਾਉਂਦਾ ਪੂਰੀ ਅੱਤ ਇਹ ਹੈ ਮੌਜੂ ਜੱਟ ਕਰਾਉਂਦਾ ਪੂਰੀ ਅੱਤ ਮੌਜੀ ਜੱਟ ਦੀ ਕਬੱਡੀ ਹੈ ਪੰਜਾਬ ਲਾਈਵ ਨੰਬਰ 1.com ਵਾਲੇ ਵੀਰ ਨੂੰ ਬੇਨਤੀ ਹੈ ਇੱਧਰ ਧਿਆਨ ਦੇਵੀ ਪਹਿਲਾਂ ਆ ਜੱਫਾ ਦੇਖ ਲੈ ਮੌਜੀ ਜੱਟ ਨੂੰ ਜੱਫਾ ਲੱਗ ਗਿਆ ਇੱਕ ਵੱਡਾ ਐਲਾਨ ਹੋ ਗਿਆ ਬੂਟਾ ਉਮਰੀਆਣੇ ਵਾਲਾ ਜਿਹਨੇ ਕਹਿੰਦੇ ਪੰਜਾਬ ਦੇ ਵਿੱਚ ਭਾਵੇਂ ਮਾਲਵੇ ਦਾ ਵਸਨੀਕ ਹੈ ਮਾਝੇ ਦੇ ਵਿੱਚ ਮਾਲਵੇ ਦੇ ਵਿੱਚ ਦੁਆਬੇ ਦੇ ਵਿੱਚ ਅਨੇਕਾਂ ਕਹਿੰਦੇ ਕਮੈਂਟਰੀ ਦੀ ਦੁਨੀਆ ਦੇ ਵਿੱਚ ਬੂਟੇ ਲਾਏ ਹੈ ਇਸ ਵਾਰ ਕਹਿੰਦੇ ਘਰਿਆਲੇ ਦੇ ਕਬੱਡੀ ਕੱਪ ਤੇ ਸੁੱਖ ਘਰਿਆਲੀ ਵੱਲੋਂ ਦੁਬਈ ਵਾਲੇ ਸਾਡੇ ਭਰਾ ਨੇ ਤੇ ਨਾਲ ਮਹਾਂਪੁਰਸ਼ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲੇ ਤੇ ਨਾਲ ਬਾਬਾ ਰਣਜੀਤ ਸਿੰਘ ਜੀ ਹੁਣਾਂ ਦੇ ਮੁਬਾਰਕ ਹੱਥਾਂ ਦੇ ਨਾਲ ਉਸਤਾਦ ਬੂਟਾ ਉਮਰੀਆਣਾ ਜੀ ਉਹਨਾਂ ਦਾ ਕਹਿੰਦੇ ਮੋਟਰਸਾਈਕਲ ਦੇ ਨਾਲ ਸਨਮਾਨ ਕੀਤਾ ਜਾਣਾ ਤਾੜੀ ਮਾਰ ਖੁੱਲ ਕੇ ਤਾੜੀ ਮਾਰਦਾ ਬੂਟਾ ਅਮਰੀਆਣਾ ਵੱਡੇ ਮਾਰ ਸਿੰਘ ਲਾਲੀ ਸਿੱਧੂ ਸਾਡਾ ਵੀਰ ਕਹਿੰਦਾ ਵੀ ਦਿਲਾਵਰ ਸਿੰਘ ਧਾਲੀਵਾਲ ਜਿਹਦਾ ਹਰੀਪੁਰ ਪਿੰਡ ਹੈ ਤੇ ਨਿਊਜ਼ੀਲੈਂਡ ਦਾ ਵੱਡਾ ਪ੍ਰਮੋਟਰ ਹੈ ਉਦੇਸੀਆਂ ਵਾਲੇ ਵਿੱਕੀ ਕੁੰਨਰ ਦਾ ਤੇ ਕਾੜੀ ਹੁਣਾਂ ਦਾ ਨੇਕੇ ਮਾਲੂਪੁਰੀਏ ਦੇ ਨਾਲ ਤੇ ਬੰਗੜ ਹੁਣਾਂ ਨਾਲ ਭਰਾਵਾਂ ਤੋਂ ਵੱਧ ਪਿਆਰ ਹੈ ਲਓ ਇੱਬਣ ਵਾਲਾ ਬੱਚੀ ਕਬੱਡੀ ਪਾ ਰਿਹਾ ਉਹ ਸਾਹਮਣੇ ਕਾਲੇ ਸੰਘਿਆਂ ਵਾਲਾ ਜਿੱਥੇ ਦੇ ਕਹਿੰਦੇ ਮਹਿੰਦਰ ਮੌੜ ਦੀਆਂ ਗੱਲਾਂ ਜਿੱਥੇ ਦੇ ਜੀਤੇ ਮੌੜ ਦੀਆਂ ਗੱਲਾਂ ਮੇਰੇ ਵੀਰਿਓ ਜਿੱਥੇ ਦੇ ਤਾਜੇ ਵਰਗੇ ਕਿ ਤਾਜਾ ਤੇ ਬਾਨਾ ਨੇ ਦਲੇ ਰੱਤ ਦੇ ਸੰਦੀਪ ਲੁੱਧੜ ਤੇ ਗੱਗੀ ਖੀਰਾਵਾਲ ਅੰਨਾ ਜੋਰ ਹਿੱਕ ਵਿੱਚ ਰੱਖਦੇ ਅਗਲੀ ਰੇਡ ਕਹਿੰਦੇ ਦੀਪੇ ਨੇ ਪਾ ਦਿੱਤੀ ਹੈ
एक होर वड्डा ऐलान है बाबा बिशन दास जी स्पोर्ट्स कबड्डी क्लब नथू चक की पूरी कमेटी कहती है आंदे इसे कप के उस्ताद जेड़े मोटरसाइकिल दे हाथ रखेगा ओह मोटरसाइकिल देना बोले सोने हाल बाजी वाह जेड़े मोटरसाइकिल ते हाथ पंडाल दो नाम वाला एक टिड्डा मेरे वीरियो कहिंदे सुखे पंडाल दा पेंडू हम मंगे पंडाल दा पेंडू और राणे पंडाल दा पेंडू पर दूजे पासे ताजपुरिया कौरा खेड मैदान विच अगली रेड सन्मान करन जा रही है साडी कमेटी बाई लाली सिद्धू हरी साडे वीर नाल जसविंदर कलसी जी सारे सत्कारयोग वीर सारी कमेटी वालों मान ते सन्मान रोज पिंडर दा कीता जा रहा है धन्नवाद जहांगीर वाला भी अज पुजा होया कबड्डी इटली 001 पे चलाउंदा जिहदा प्यार है मनु ऑस्ट्रेलिया दे नाल गगन ऑस्ट्रेलिया दे नाल गुगु गैल होना दे नाल बुट्टे उमरियाने आले दे नाल चिट्टी वाले जग्गे दे नाल ते अमरीक खुश कोटले वाले दे नाल आज जुड़िए खेड कबड्डी दे नाल अंतर जनेतपुरिया कबड्डी पारिया और तिखे तिखे नैन मुंडा शाट में शरीर दा और करदा मुकाबला कमानो छुट्टे तीर दा करदा मुकाबला कमानो छुट्टे तीर दा अगली रेड कहिंदे दुल्ले ने भारी है कदे सुरगपुरिए नूं सज्जन तंदूरगर दा नाम मिलिया मेरे वीरियो कदे कहिंदे मचदा ग्यार दुल्ला बग्गे पिंड वाला पर इहदा पिंड कहिंदे खीरा वाला है खीराबाल पिंड जिला कपूरथला मेरे वीरियो जिले कपूरथले दा कहिंदे मशहूर जिले कपूरथले दे खीरा वाली पिंड दा दुल्ला कबड्डी पारिया के आया मेरे वीर बगीचा हां जी मनदीप एक मिनट उधर साडे भरा यारां दे यार पुज्जे आ हरमन सेखो हुणा दा मन्ना पट्टी संधू ते नाल साडे दिलजान पट्टी कॉलेज प्रधान ते निशान सरहाली कॉलेज प्रधान अनमोल बुरज ते प्रभ पट्टी ते याद सिद्धू ते हैप्पी संधू ते गुरजीत जौड़ा ते उत्थे साडा मस्ताना तुंग ते साडे जन डियर हरीके वाले धन्नवाद आ जॉन डियर हरीके वाले ते सभा पुन्नू हुणा दा धन्नवाद आ ओ सामने शेरपुरिया सत्तू ते ओ कमल खेड मैदान विच के जूणा पिंड मौड़ा दा मंगल सहोली सुच्चा समाह दा तिन्ने मर्द सूरमे सी गै मोल मोड रखे ना दा जे नहीं नवा सकदे ना लाओ किसे ना जारी ओ चंडे हो कम दिंदे ने चेला खुरपा ते खिडारी उधर समाध भाई वाला काका कबड्डी पा रहा ते नौजवान खेड़दे मैदान विच करांदा बल्ले बल्ले ऐन लगदा जोर सिख सरदार समाध भाई वाला काका कबड्डी पा रहा ते जफा ढोलिए पिंड दे गुरविंदर ने लाके मनदीप पहला सेमी फाइनल हां बाबा नामदेव जी कबड्डी क्लब कमान ते तोता सिंह वाले दा पहला जेड़ा डीपी साहब कर दो टीम नूं फोन भी पहला सेमी फाइनल अज कहिंदे भी दुनिया दे महान खिडारी सेवक परिंगड़ी सेवक परिंगड़ी हुणा दा भी धन्नवाद है यारां दे यार आए है बाबा सूबा सिंह जी ਘਵਾੜਕਿਆਂ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਆਏ ਉਹਨਾਂ ਦਾ ਵੀ ਧੰਨਵਾਦ ਹੈ ਮਹਾਪੁਰਸ਼ਾਂ ਦੀ ਵੱਡੀ ਆਮਦ ਹੈ ਵੱਡਾ ਖੇਡ ਮੇਲਾ ਲੋਕ ਕਹਿੰਦੇ ਇਸ ਵੇਲੇ ਖੇਡ ਮੈਦਾਨ ਵਿੱਚ ਉਹ ਕਹਿੰਦੇ ਸ਼ੇਖ ਦੌਲਤ ਵਾਲਾ ਬਿੱਕੀ ਉਹ ਜਿੱਥੇ ਦੇ ਕਾਕੇ ਨੇ ਕਬੱਡੀ ਖੇਡੀ ਆ ਲੋਕ ਕਹਿੰਦੇ ਸ਼ੇਖ ਦੌਲਤ ਵਾਲਾ ਬਿੱਕੀ ਉਹ ਕਹਿੰਦੇ ਜਗਰਾਉਂ ਦੇ ਏਰੀਏ ਤੋਂ ਆਇਆ ਤੇ ਦੂਜੇ ਪਾਸੇ ਨਕੋਦਰ ਦਾ ਏਰੀਆ ਉਹ ਲਿੱਤਰਾ ਲਾਗੇ ਸ੍ਰੀ ਪਿੰਡ ਵਾਲੇ ਦੀਪੇ ਨੇ ਰੇਡ ਪਾ ਕੇ ਨੰਬਰ ਜੋੜ ਦਿੱਤਾ ਅਗਲੀ ਰੇਡ ਫਿਰ ਖੇਡ ਮੈਦਾਨ ਵਿੱਚ ਮੇਰੇ ਵੀਰਿਓ ਇਹ ਹੈ ਕਹਿੰਦੇ ਬੱਚੀ ਇੱਬਣ ਵਾਲਾ ਰੇਡ ਪਾ ਰਿਹਾ ਬੱਚੀ ਇੱਬਣ ਵਾਲਾ ਕਬੱਡੀ ਪਾ ਰਿਹਾ ਇੱਕ ਪਾਸੇ ਮਾਲੂਪੁਰ ਦੀ ਟੀਮ ਦੀ ਤਰਫੋਂ ਕਬੱਡੀ ਪੈ ਗਈ ਜੰਡੂ ਸਿੰਘਾ ਪਿੰਡ ਹੈ ਜਾਫੀ 4 ਹੈ ਲੋ ਨੌਜਵਾਨੇ ਸਮਾਦ ਮਾਲੂਪੁਰ ਦੀ ਟੀਮ ਨੂੰ ਪ੍ਰਮੋਟ ਕਰਦੇ ਮੇਰੇ ਵੀਰਿਓ ਲੋ ਖੇਡ ਮੈਦਾਨ ਚ ਅਸਲੇ ਕਹਿੰਦੇ ਵੀ ਨੇਕਾ ਮਾਲੂਪੁਰੀਆ ਜਿਹਦੀ ਟੀਮ ਲਈ ਮੁੰਨੇ ਨੇ ਨੰਬਰ ਜੋੜ ਦਿੱਤਾ ਮੇਰੇ ਵੀਰਿਓ ਯਾਰਾਂ ਦੇ ਯਾਰ ਪੁੱਜੇ ਆ ਅੱਜ ਦਾ ਕਹਿੰਦੇ ਖੇਡ ਮੇਲਾ ਅੱਜ ਲਾਈਵ ਵੀ ਦਿਖਾਇਆ ਜਾ ਰਿਹਾ
ਵੱਡੀ ਸਕਰੀਨ ਲੱਗੀ ਹੈ ਜੱਗਾ ਮਲੀਆਂ ਵਾਲਾ ਉਹ ਕਰਦਾ ਹੋਇਆ ਕਮਾਲ ਉਹ ਸਾਹਮਣੇ ਖੇਡਦਾ ਚ ਦੋ ਖਿਡਾਰੀ ਦੋਨਾਂ ਦੇ ਵਿਚਕਾਰ ਸਟਰਗਲ ਸੰਘਰਸ਼ ਉਹ ਕਬੱਡੀ 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 ਆ ਟਿੱਡਾ 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 ਸੁੱਖੇ ਪੰਡਾਲ ਦੇ ਪਿੰਡ ਦਾ ਮੇਰੇ ਵੀਰਿਓ ਇਹ ਮੰਝਪੁਰ ਦੇ ਕਬੱਡੀ ਕੱਪ ਤੇ ਵੀ ਇਸ ਨੌਜਵਾਨ ਨੇ ਬੱਲੇ ਬੱਲੇ ਕਰਾਈ ਹੈ ਅਗਲੀ ਰੇਡ ਗੱਲਾਂ ਪਾ ਰਿਹਾ ਹੈ ਨੌਜਵਾਨ ਖੇਡਦੇ ਮੈਦਾਨ ਦੇ ਵਿੱਚ ਬੱਗਿਆਂ ਵਾਲੀ ਦੀ ਬੜੀ ਚੜ੍ਹਤਾ ਕਬੱਡੀ ਦਾ ਮਹਿੰਗਾ ਬ੍ਰਾਂਡ ਬਣ ਗਿਆ ਹੈ ਪਰ ਸਾਹਮਣੇ ਜਾਫੀ ਚਾਰ ਹੈ ਇੱਕ ਪਾਸੇ ਜ਼ਿਲ੍ਹੇ ਮੋਗੇ ਦੇ ਚਗਾਵਾਂ ਪਿੰਡ ਦਾ ਮੇਰੇ ਵੀਰੋ ਲਾਲੀ ਖੜਾ ਨਾਲ ਘੋਲੀਏ ਵਾਲਾ ਗੁਰਵਿੰਦਰ ਤੇ ਗੈਲਾ ਇੰਦਗੜੀਆ ਬਗੀਚੇ ਦੇ ਪਿੰਡ ਦਾ ਕਿ ਖੜੇ ਮਾਰਨ ਥਾਪੀਆਂ ਬਈ ਤੋਚੀ ਲੱਖਾਂ ਜਵਾਰਾ ਲਾਲੀ ਲੋਕੀ ਗੱਲਾਂ ਕਰਨ ਖੜੇ ਭੀਮਾ ਮੰਦਰ ਮੁੜ ਨਾ ਖਾਲੀ ਪਰ ਪੁਆਇੰਟ ਜਿਹੜਾ ਰੇਡਰ ਨੇ ਆਪਣੀ ਟੀਮ ਲਈ ਜੋੜਤਾ ਹੈ ਜਨੇਤਪੁਰੇ ਵਾਲਾ ਅੰਤਰ ਕਬੱਡੀ ਪਾ ਰਿਹਾ ਜਨੇਤਪੁਰੇ ਵਾਲੇ ਅੰਤਰ ਦੀ ਰੇਡ ਹੈ ਲੈ ਵੀ ਮਨਦੀਪ ਸਿਆ ਪਹਿਲੇ ਮੈਚਾਂ ਵਿੱਚ ਵੀ ਕਹਿੰਦੇ ਅੰਦਾਜ਼ੇ ਲਾਉਣੇ ਔਖੇ ਸੀ ਆ ਵੀ ਮੈਚ ਵੱਲ ਨਿਗਾਹ ਮਾਰੀਏ ਤੇ ਫਰਕ ਜ਼ਿਆਦਾ ਨਹੀਂ ਇੱਕ ਪਾਸੇ 13.5 ਤੇ ਦੂਜੇ ਪਾਸੇ 9 ਲਓ ਕਹਿੰਦੇ ਜਨੇਤਪੁਰੀਏ ਅੰਤਰ ਦੀ ਰੇਡ ਪੈਂਦੀ ਹੋਈ ਦੁਨੀਆ ਦੇ ਤੇਜ਼ ਖਿਡਾਰੀਆਂ ਦੇ ਵਿੱਚ ਨਾਮ ਹੈ ਉਹ ਪੈਂਦੀ ਰੇਡ ਤੇ ਮਲੀਆਂ ਵਾਲਾ ਕਹਿੰਦੇ ਵੱਡੇ ਵੱਡੇ ਡੱਕਣ ਦਾ ਦਮ ਰੱਖਦਾ ਪਰ ਹੁਣ ਗੱਲ ਕੀ ਬਣਦੀ ਆ ਉਹ ਸਮਾਂ ਮੇਰੇ ਵੀਰਿਓ ਤੇ ਨੰਬਰ ਕਹਿੰਦੇ ਰੇਡਰ ਦਾ ਮੁੰਡਾ ਬੜਾ ਭੋਲਾ ਜਿਹਾ ਬੜਾ ਇਨੋਸੈਂਟ ਜਿਹਾ ਫੇਸ ਵਾਲਾ ਜਿਵੇਂ ਡਾਕਟਰ ਸਤਿੰਦਰ ਸਰਤਾਜ ਜੀ ਕਹਿੰਦੇ ਹੁੰਦੇ ਕਿ ਦੁਨੀਆ ਸਭ ਤੋਂ ਮਹਿੰਗੀ ਹੁੰਦੀ ਆ ਮਾਸੂਮੀਅਤ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ ਜਿਸ ਨੂੰ ਵੀ ਤੱਕੀਏ ਤੇ ਤੱਕਦੇ ਰਹਿ ਜਾਈਏ ਦੁਨੀਆ ਤੇ ਕੁਝ ਖਾਸ ਹੀ ਚਿਹਰੇ ਹੁੰਦੇ ਨੇ ਸਭ ਤੋਂ ਮਹਿੰਗੀ ਹੁੰਦੀ ਆ ਮਾਸੂਮੀਅਤ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ ਸੋਹਣੇ ਆ ਗਿਆ ਤੇ ਉਂਝ ਲੋਕ ਬਥੇਰੇ ਹੁੰਦੇ ਨੇ ਬਾਜੀ ਵਾਹ ਇਧਰ ਕਹਿੰਦੇ ਰੇਡ ਖੇਡ ਮੈਦਾਨ ਦੇ ਵਿੱਚ ਕਾਕੇ ਨੇ ਪਾ ਦਿੱਤੀ ਆ ਤੇ ਜੱਫਾ ਕਹਿੰਦੇ ਇਸ ਲਈ ਗੈਲ ਇੰਦਗੜ ਵਾਲੇ ਨੇ ਲਾ ਦਿੱਤਾ ਮੇਰੇ ਵੀਰਿਓ ਜਨਾਬ ਮੱਖਣ ਵਾਲੀ ਜੀ ਗੱਲ ਕਰਦੇ ਹੁੰਦੇ ਆ ਕਿ ਮਾਸਟਰ ਕਬੱਡੀ ਦਾ ਕਾਕਾ ਕਾਰੀ ਸਾਰੀ ਯਾਦ ਕੋਟਲੀ ਰੱਜ ਕੇ ਸੋਹਣਾ ਜੋ ਸੁਰਮੇ ਦੀ ਧਾਰੀ ਯਾਦ ਕੋਟਲੀ ਰੱਜ ਕੇ ਸੋਹਣਾ ਜੋ ਸੁਰਮੇ ਦੀ ਧਾਰੀ ਔਰ ਉਸਤਾਦ ਪ੍ਰੋਫੈਸਰ ਮੱਖਣ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਕਹਿੰਦੇ ਖੇਡ ਕਬੱਡੀ ਵਿੱਚ ਕਮੈਂਟਰੀ ਦੀ ਸ਼ੁਰੂਆਤ ਕੀਤੀ ਤੇ ਅੱਜ ਅਨੇਕਾਂ ਘਰਾਂ ਦੇ ਜਿਹੜੇ ਚੁੱਲ੍ਹੇ ਚੱਲਦੇ ਮੇਰੇ ਵੀਰਿਓ ਉਹ ਸਾਹਮਣੇ ਪੈਂਦੀ ਰੇਡ ਤੇ ਪੰਗਾ ਕਹਿੰਦੇ ਪਾਲੇ ਦੇ ਨਾਲ ਕਮਲ ਦਾ ਪੈ ਗਿਆ ਪਰ ਨੰਬਰ ਕਹਿੰਦੇ ਅਸਲੇ ਰੇਡਰ ਲੈ ਗਿਆ ਗੁਰਸੇਵਕ ਸਿੰਘ ਜੀ ਪਟਵਾਰੀ ਸਾਹਿਬ ਆਏ ਨੇ ਤੇ ਨਾਲ ਤੋਚਾ ਜੂਕੇ ਜੀ ਰਾਣਾ ਸਿੰਘਪੁਰੀਆ ਸਾਡਾ ਵੀਰ ਦੱਸਦਾ ਵੀ ਅੱਜ ਲਾਲੀ ਸਿੱਧੂ ਹੁਣਾਂ ਦੇ ਭਰਾ ਪਹੁੰਚ ਰਹੇ ਨੇ ਅੱਜ ਜੁਗੇ ਸਿੱਧੂ ਹੁਣਾਂ ਦੇ ਵੀਰ ਪੁੱਜ ਰਹੇ ਨੇ ਅੱਜ ਮਾਣ ਵਾਲੀ ਗੱਲ ਹੈ ਪ੍ਰਭ ਹੁਣਾਂ ਦੇ ਭਰਾ ਅੱਜ ਜਿਗਰੀ ਯਾਰ ਪੁੱਜ ਰਹੇ ਨੇ ਮੇਰੀ ਬੇਨਤੀ ਆ ਵੀ ਘਮਾਣਾ ਤੇ ਤੋਤਾ ਸਿੰਘ ਵਾਲਾ ਪਹਿਲਾ ਸੈਮੀ ਫਾਈਨਲ ਖੇਡਿਆ ਜਾਵੇਗਾ ਹੁਣ ਆਹ ਮੈਚ ਕਿਹੜੀ ਟੀਮ ਨੇ ਜਿੱਤਣਾ ਇਹ ਹਜੇ ਸ਼ੱਕ ਜੀ ਰਹਿਣੀ ਆ ਹੋ ਮੇਲਾ ਨਥੂ ਚੱਕ ਦਾ ਧੱਕ ਤੇ ਹਜੇ ਪੈਣੀਆਂ ਤੱਕ ਤੇ ਪੈਣੀਆਂ ਕਵਾਣ ਤੇ ਤੋਤਾ ਸਿੰਘ ਵਾਲਾ ਦੋਵੇਂ ਟੀਮਾਂ ਆਉਣਗੀਆਂ ਮੇਰੇ ਵੀਰੋ ਅਗਲੇ ਫਸਟ ਪਹਿਲੇ ਸੈਮੀ ਫਾਈਨਲ ਦੇ ਲਈ ਲੈ ਵੀ ਤਾਸ਼ਪੁਰੀਆ ਨੌਜਵਾਨਾਂ ਫੜ ਤਿਆਰੀ ਉਹ ਛੋਟੀ ਉਮਰ ਦਾ ਗੱਭਰੂ ਵੀ ਕਮਾਲ ਕਰਦਾ ਪਰ ਮੁੰਡਾ ਬੜਾ ਤੇਜ਼ ਹੈ ਬੜਾ ਸਪੀਡੀ ਹੈ ਬੜਾ ਛੋਲਾ ਨੌਜਵਾਨ ਹੈ ਲਾਲੀ ਸਿੱਧੂ ਦਾ ਧੰਨਵਾਦ ਹੈ ਜੁੱਗਾ ਸਿੱਧੂ ਨਾਰਵੇ ਤੇ ਜੁੜਿਆ ਹੋਇਆ ਪ੍ਰਭ ਜੋਤ ਪ੍ਰਭ ਧਾਲੀਵਾਲ ਦੇ ਨਾਲ ਪਿਆਰ ਹੈ ਮੇਰੇ ਵੀਰੋ ਖੋਜੇ ਵਾਲੀ ਆ ਮੁੰਨਾ ਕਬੱਡੀ ਪਾ ਰਿਹਾ ਕਿ ਵਕਤਾਂ ਦੇ ਛਾਤੀ ਉੱਤੇ ਖਾਧੇ ਡੰਗ ਨੇ ਉਹ ਢਿੱਲੋਂ ਢਿੱਲੋਂ ਐਵੇਂ ਨੀ ਕਰਾਤੀ ਜੰਗ ਨੇ ਢਿੱਲੋਂ ਢਿੱਲੋਂ ਐਵੇਂ ਨੀ ਕਰਾਤੀ ਜੰਗ ਨੇ ਆਹ ਮੁੰਡੇ ਦਾ ਵੀ ਨਾਂ ਵੱਡਾ ਇਹ ਨੌਜਵਾਨ ਇਹ ਆ ਮੁੰਨਾ ਖੋਜੇ ਵਾਲੀ ਹੈ ਸ਼ੇਖ ਦੌਲਤ ਪਿੰਡ ਹੈ ਵਿੱਕੀ ਦਾ ਜਿਹੜੇ ਨੌਜਵਾਨ ਨੇ ਟਰਾਈ ਕੀਤੀ ਹੈ ਪਰ ਜੱਫਾ ਨਹੀਂ ਲਾ ਸਕਿਆ ਅਗਲੀ ਰੇਡ ਤੇ ਗੱਲ ਮੇਰਾ ਵੀਰ ਕਰੇਗਾ ਉਧਰ ਕਹਿੰਦੇ ਪ੍ਰਲੋਕ ਸਿੰਘ ਜੀ ਮੱਲੀ ਹੈ ਨੇੜਾ ਦਾ ਨਾਲੋਂ ਮੱਲੀ ਆ ਪਿੰਡ ਕਲਾਰਾਂ ਦੇ ਲਾਗੇ ਮੋਠਾਵਾਲ ਦੇ ਲਾਗੇ ਤਰਲੋਕ ਸਿੰਘ ਮੱਲੀ ਜਿਨ੍ਹਾਂ ਦੀ ਵਿਸਲ ਕਹਿੰਦੇ ਪੰਜਾਬ ਦੇ ਵੱਡੇ ਕਬੱਡੀ ਕੱਪਾਂ ਤੇ ਚੱਲੀ ਹੈ ਵੱਡੇ ਮਾਣ ਵਾਲੀ ਗੱਲ ਹੈ ਨਾ ਇੱਬਣ ਵਾਲਾ ਕਹਿੰਦੇ ਬੱਚੀ ਕਬੱਡੀ ਪਾ ਰਿਹਾ ਟੱਚ ਲਾਉਣ ਦਾ ਯਤਨ ਕਰਦਾ ਪਰ ਇੱਧਰ ਟੱਚ ਡਬਲ ਤੇ ਨੰਬਰ ਜਿਹੜਾ ਸਿੱਲੇ ਜੰਡੂ ਸੰਘੇ ਦੀ ਟੀਮ ਦੇ ਲਈ ਕਾੜੀ ਦੀ ਟੀਮ ਦੇ ਲਈ ਤੇ ਲਾਲੀ ਸਿੱਧੂ ਕਹਿੰਦਾ ਵੀ ਕਾੜੀ ਵੀ ਸਾਡਾ ਭਰਾ ਕਾੜੀ ਵੀ ਸਾਡਾ ਭਰਾ ਪਿਛਲੇ ਦਿਨੀ ਬਿਮਾਰ ਹੋ ਗਿਆ ਪਰ ਤੰਦਰੁਸਤ ਹੋ ਗਿਆ ਕਿਉਂਕਿ ਜਿਹਨੇ ਆਪ ਵੀ ਕਬੱਡੀ ਖੇਡੀ ਹੈ ਮਾਲਕ ਦੀ ਮਿਹਰ ਦੇ ਨਾਲ ਫਿਰ ਖੇਡ ਮੈਦਾਨਾਂ ਵਿੱਚ ਆਵੇਗਾ
ਨਵੀਂ ਮੰਦੀ ਪਛੇੜ ਕਹਾ ਲੋ ਦੁੱਲਾ ਕਬੱਡੀ ਪਾ ਰਿਹਾ ਦੁੱਲੇ ਨਾਂ ਨੂੰ ਬੜੀ ਪ੍ਰਸਿੱਧੀ ਮਿਲੀ ਹੈ ਲੈ ਵੀ ਘੋੜੀਏ ਵਾਲਿਆ ਮੁੰਡਾ ਤੇਰੇ ਹਾਣ ਦਾ ਨੌਜਵਾਨਾ ਜਾਂ ਕਹਿੰਦੇ ਸ਼ੇਖ ਦੌਲਤ ਵਾਲੇ ਨੂੰ ਕਿਹੜਾ ਜੱਫਾ ਲਾ ਕੇ ਬੱਲੇ ਬੱਲੇ ਕਰਾਵੇਗਾ ਚਗਾਵਾਂ ਵਾਲਿਆ ਉਹ ਚਗਾਵਾਂ ਵਾਲਿਆ ਗਿੱਲ ਨੂੰ ਕਹਿੰਦੇ ਵੀ ਹੁਣ ਸੁੱਕਾ ਨਾ ਜਾਵੇ ਤੋ ਲਾਲੀ ਇਹ ਆ ਲਾਲੀ ਚਗਾਵਾਂ ਵਾਲਾ ਜ਼ਿਲ੍ਹੇ ਮੋਗੇ ਦੇ ਅਮਰਜੀਤ ਸਿੰਘ ਸਰਪੰਚ ਦਾ ਪੁੱਤਰ ਹੈ ਲੱਖ ਪਾਣੀ ਪਾ ਲਈਏ ਮਿੱਤਰੋ ਸੂਰਜ ਕਦੇ ਨੀ ਠਰਦਾ ਬੰਦੇ ਨੂੰ ਸਮਾਂ ਹਰਾਉਂਦਾ ਏ ਮਿੱਤਰੋ ਬੰਦਾ ਕਦੇ ਨੀ ਹਰਦਾ ਹਾਫ ਸਮਾਂ ਹਾਂਜੀ ਰਾਜਨ ਜੀ ਸਰਦਾਰ ਅਵਤਾਰ ਸਿੰਘ ਜੀ ਬਿੱਲਾ ਸਰਪੰਚ ਜੋੜਿਆਂ ਤੋਂ ਤੇ ਨਾਲ ਸੋਨਾ ਜੋੜਾ ਜੀ ਵਿਸ਼ੇਸ਼ ਤੌਰ ਤੇ ਪੁੱਜੇ ਆ ਸੋਨਾ ਭਰਾਵਾਂ ਦਾ ਵੀ ਧੰਨਵਾਦ ਹੈ ਕਹਿੰਦੇ ਹੁੰਦੇ ਕਿ ਜੇ ਲੋਕ ਦੇਣ ਸਰਪੰਚੀ ਟੌਰ ਦੇ ਨਾਲ ਚਲਾਈ ਦੀ ਇੱਕ ਪਿੰਡ ਵਿੱਚ ਨਹੀਂ ਦਹਾਂ ਪਿੰਡਾਂ ਵਿੱਚ ਇੱਜ਼ਤ ਬਣਾਈ ਦੀ ਪਹਿਲਾ ਸੈਮੀ ਫਾਈਨਲ ਹਾਂਜੀ ਇੱਧਰ ਸਾਡਾ ਵੀਰ ਕੀ ਨਾਂ ਵੀਰੇ ਲਖਵੀਰ ਬਾਸਰਕੇ ਲਾਲੀ ਸਿੱਧੂ ਸਾਡੇ ਵੀਰ ਦਾ ਧੰਨਵਾਦ ਹੈ ਪ੍ਰਭਜੋਤ ਪ੍ਰਭ ਧਾਲੀਵਾਲ ਨਾਲ ਪਿਆਰ ਹੈ ਜੁੱਗਾ ਸਿੱਧੂ ਨਾਰਵੇ ਸਾਰੇ ਭਰਾਵਾਂ ਦਾ ਸਮੁੱਚੇ ਨਗਰ ਦਾ ਧੰਨਵਾਦ ਹੈ ਲੈ ਵੀ ਲਖਵੀਰ ਬਾਈ ਕਰ ਗੱਲ ਹਾਂ ਮੇਨ ਸਪੌਂਸਰ ਜੀ ਆਰ ਡੀ ਟਰਾਂਸਪੋਰਟ ਕੈਨੇਡਾ ਵਾਲੇ ਜਸਕਰਨ ਢਿੱਲੋਹਣਾ ਦਾ ਮੇਨ ਸਪੌਂਸਰ ਨੇ ਅੱਜ 1 ਲੱਖ ਰੁਪਇਆ ਪਹਿਲਾਂ ਤੇ 75,000 ਬੜੇ ਵਿਸਤਾਰ ਦੇ ਨਾਲ ਲਿਖਿਆ ਉਹ ਕਿਹੜੀਆਂ ਟੀਮਾਂ ਨੇ ਜਿੱਤਣਾ ਇਹ ਸਮਾਂ ਦੱਸੇਗਾ ਇਹ ਸਮਾਂ ਦੱਸੇਗਾ ਮੇਰੇ ਵੀਰਿਓ ਲਓ ਸਾਡਾ ਚੇਂਜ ਹੋ ਚੁੱਕੀਆਂ ਅੱਜ ਕਹਿੰਦੇ ਵੀ ਲਾਈਵ ਕਬੱਡੀ 1 ਤੇ ਵੀ ਕਹਿੰਦੇ ਖੇਡ ਮੇਲਾ ਦਿਖਾਇਆ ਜਾ ਰਿਹਾ ਤੇ ਮਾਲਵਾ TV.com ਤੇ ਵੀ ਅੱਜ ਦਾ ਖੇਡ ਮੇਲਾ ਨਾਮ ਕਹਿੰਦੇ ਦੀਪਾ ਮੱਖਣ ਬੜਾਲ ਜੀ ਨੇ ਲਿਖਿਆ ਤੇ ਪ੍ਰੋਫੈਸਰ ਮੱਖਣ ਸਿੰਘ ਨੇ ਬੋਲਿਆ ਕਿ ਚਾਰੇ ਗੱਭਰੂ ਝੋਟੀ ਦੇ ਤੀਰਥਵਾਜ ਰਾਜਾ ਤੇ ਦੀਪਾ ਹੜਾ ਛੱਡ ਦੋ ਨਸ਼ਿਆਂ ਨੂੰ ਕਾਹਦਾ ਜ਼ਿੰਦਗੀ ਦੇ ਨਾਲ ਸ਼ਰੀਕਾ ਇਹ ਖੇਡ ਪਿਆਰਾਂ ਦੀ ਜੇ ਰੱਖਣੀ ਚਾਹੁੰਦੇ ਆ ਚਮਕਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਸੋਹਣਿਆਂ ਬਹਿਜਾਂ ਗੋਡਣੀਆਂ ਲਾ ਕੇ ਲਓ ਦੀਪੇ ਦੀ ਰੇਡ ਪੈਂਦੀ ਹੋਈ ਗੱਲ ਐਂਦ ਗੜੀ ਆ ਵਿੱਕੀ ਸ਼ੇਖ ਦੌਲਤ ਵਾਲਾ ਤੇ ਲਾਲੀ ਚਗਾਵਾਂ ਵਾਲਾ ਤੇ ਨਾਲ ਕਹਿੰਦੇ ਫਲੋਰ ਤੋਂ ਜਦੋਂ ਰਾਹੋਂ ਨੂੰ ਜਾਈਏ ਤੇ ਕਹਿੰਦੇ ਵੀ ਬਾਂਸੀਆਂ ਢੱਕ ਵਾਲਾ ਗਗਨੀ ਵੀ ਪੁੱਜਾ ਪ੍ਰਭਜੋਤ ਜਹਾਜ਼ ਤੇ ਬੰਗੜ ਦੀ ਟੀਮ ਤਿਆਰ ਕੀਤੀ ਆ ਉਧਰ ਦੁਨੀਆ ਦੇ ਮਹਾਨ ਪ੍ਰਮੋਟਰ ਇਸ ਖੇਡ ਮੇਲੇ ਨੂੰ ਲਾਈਵ ਤੱਕਦੇ ਨੇ ਉਹ ਪੰਡਾਲ ਦੋਨਾਂ ਵਾਲੇ ਗੁਰਪ੍ਰੀਤ ਸਿੰਘ ਟਿੱਡੇ ਦੀ ਕਬੱਡੀ ਆ ਇਹ ਚਮਕੀਲੇ ਦਾ ਸਪੁੱਤਰ ਆ ਬਾਪ ਨੇ ਵੀ ਕਹਿੰਦੇ ਤਕੜੀ ਕਬੱਡੀ ਖੇਡੀ ਆ ਉਹ ਦੂਜੇ ਪਾਸੇ ਮੁੰਡਾ ਕਹਿੰਦੇ ਸੱਤੂ ਸ਼ੇਰਪੁਰ ਦੋਨਾਂ ਵਾਲਾ ਮੇਰੇ ਵੀਰਿਓ ਜਿਹਨੇ ਵੱਧ ਕੇ ਟਰਾਈ ਕੀਤੀ ਲਵੀ ਰਾਜ ਨੇ ਇੱਕ ਕੋਸ਼ਿਸ਼ ਕਰਨੇ ਵਾਲੋ ਕੀ ਕਭੀ ਹਾਰ ਨਹੀਂ ਹੋਤੀ ਕੁਝ ਵੀ ਨਾ ਕੀਏ ਬਿਨਾ ਜਾ ਜਾ ਕਾਰ ਨਹੀਂ ਹੋਤੀ ਕਰਨਾ ਹੋ ਤੋ ਨਿਸ਼ਾਨੇ ਹਜ਼ਾਰ ਜੇ ਨਹੀਂ ਕਰਨਾ ਹੋ ਤੋ ਬਹਾਨੇ ਹਜ਼ਾਰ ਹਾਂ ਵੀ ਮਨਦੀਪ ਕਾਲੀਆ ਫਾਈਨਲ ਤੋਂ ਪਹਿਲਾਂ ਇੱਕ ਲੜਕੇ ਨਾਲ ਜਿਹੜਾ ਸ਼ੋ ਮੈਚ ਉਹ ਵੀ ਖੇਡਿਆ ਜਾਣਾ ਸਾਡੀਆਂ ਮਾਤਾਵਾਂ ਭੈਣਾਂ ਲਈ ਜਿਹੜਾ ਸਪੈਸ਼ਲ ਮੈਚ ਰੱਖਿਆ ਗਿਆ ਬਹੁਤ ਬਹੁਤ ਧੰਨਵਾਦ ਲੈ ਵੀ ਕਾਲੀਏ ਵਾਲਿਆ ਮਨਜੀਤ ਸਿੰਘ ਜੀ ਕੋ ਸਾਹਿਬ ਪਿੰਡ ਨਹੀਂ ਲੱਭਦਾ ਸੀ ਮੈਂ ਮੁੜ ਚੱਲਿਆ ਸੀ ਕਿਉਂਕਿ ਨਕੋਦਰ ਦੇ ਏਰੀਏ ਤੋਂ ਆਇਆ ਔਰ ਧੰਨਵਾਦ ਆ ਨੇਕੇ ਕੋਚ ਮਾਲੂਪੁਰੀਏ ਦਾ ਤਾਂ ਲਾਲੀ ਸਿੱਧੂ ਭਰਾ ਦਾ ਪਰ ਮਾਲਕ ਦੀ ਅਪਾਰ ਕਿਰਪਾ ਨਾਲ ਪੁੱਛਦੇ ਪਛਾਉਂਦੇ ਪੁੱਜ ਗਏ ਤੇ ਭਰਾਵਾਂ ਨੇ ਬੜਾ ਪਿਆਰ ਦਿੱਤਾ ਮੱਲੀ ਸਾਹਿਬ ਹਾਜ਼ਰੀ ਲੱਗ ਗਈ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਨਾ ਵੀ ਕਰ ਗੱਲ ਹੁਣ ਮਨਦੀਪ ਕਾਲੀਏ ਵਾਲਿਆ ਛੇੜ ਖਾਣੀ ਨੌਜਵਾਨਾਂ ਬਹੁਤ ਚੋਟੀ ਦੇ ਮੈਚ ਜਨੇਤਪੁਰੇ ਪਿੰਡ ਵਾਲਾ ਅੰਤਰ ਕਬੱਡੀ ਪਾ ਰਿਹਾ ਪਹਿਲੀ ਰੇਡ ਤੇ ਚਾਰ ਜੱਪੀ ਖੜੇ ਨੇ ਡੀਬੀ ਸਾਹਿਬ ਨੂੰ ਮਾਣ ਆ ਖਿਡਾਰੀ ਦੀ ਗੇਮ ਤੇ ਨੰਬਰਦਾਰ ਦਾ ਪੋਤਾ ਕਹਿੰਦੇ ਕੌਰਾ ਤਾਸ਼ਪੁਰਗਾ ਸੁਲਤਾਨਪੁਰ ਲੋਧੀ ਦੀ ਧਰਤੀ ਬਾਬੇ ਨਾਨਕ ਦੀ ਨਗਰੀ ਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਲਓ ਇੱਬੜ ਵਾਲਾ ਕਹਿੰਦੇ ਰੇਡ ਪਾ ਰਿਹਾ ਖੇਡ ਮੈਦਾਨ ਵਿੱਚ ਇਹ ਕਹਿੰਦੇ ਖੀਰਾ ਵਾਲੀ ਆ ਦੁੱਲਾ ਆ ਭੁਲੇਖਾ ਜਾ ਪੈ ਜਾਂਦਾ ਮਨਦੀਪ ਕਾਲੀਏ ਵਾਲਿਆ ਅੱਜ ਤੈਨੂੰ ਵੀ ਮੁਬਾਰਕਬਾਦ ਹੈ ਗਾਂ ਕਹਿੰਦੇ ਵੀ ਲੈ ਕੇ ਆਵੇਗਾ ਮੁੰਡਾ ਤੇ ਅੱਜ ਵੱਡੇ ਮਾਣ ਕੀਤੇ ਭਰਾਵਾਂ ਨੇ ਲਓ ਦੁੱਲਾ ਕਹਿੰਦੇ ਖੀਰਾ ਵਾਲੀ ਆ ਕਬੱਡੀ ਪਾ ਰਿਹਾ ਚਾਰ ਖਿਡਾਰੀ ਆ ਲੈ ਵੀ ਅੰਦਗੜ ਵਾਲਿਆ ਦੇਖ ਮੁੰਡਾ ਕਿੰਨਾ ਕੁ ਕਰੰਟ ਮਾਰਦਾ ਪਰ ਆਹ ਗਗਨਦੀਪ ਗਗਨੀ ਬਾਂਸੀਆਂ ਢੱਕ ਪਿੰਡ ਉਹ ਸਾਹਮਣੇ ਕਹਿੰਦੇ ਖੇਡਦਾ ਅੱਜ ਮੁਕਾਬਲਾ ਉਹ ਸਖਤ ਹੁੰਦਾ ਹੋਇਆ ਜਦੋਂ ਕਹਿੰਦੇ ਲੋਹੀਆਂ ਤੋਂ ਮਲਸੀਆ ਨਕੋਦਰ ਨੂਰ ਮਹਿਲ ਫਲੌਰ ਤੇ ਫਲੌਰ ਤੋਂ ਰਾਹੋਂ ਰੋਡ ਤੇ ਪਿੰਡ ਹੈ ਗਗਨੀ ਬਾਂਸੀਆਂ ਢੱਕ ਵਾਲੇ ਦਾ ਜਿਹਨੇ ਵੱਧ ਕੇ ਟਰਾਈ ਕੀਤੀ ਮੇਰੇ ਵੀਰਿਓ ਉਧਰ ਸਾਡੇ ਭਰਾ ਜੀ ਆਰ ਡੀ ਟਰਾਂਸਪੋਰਟ ਕੈਨੇਡਾ ਵਾਲੇ ਜਸਕਰਨ ਢਿੱਲੋਹਣਾ ਦਾ ਤੇ ਮੇਨ ਸਪੌਂਸਰ ਨੇ ਇਸ ਖੇਡ ਮੇਲੇ ਦੇ ਤੇ ਜੁੱਗਾ ਸਿੱਧੂ ਸਾਡਾ ਵੀਰ ਨਾਰਵੇ ਤੋਂ ਕੈਨੇਡਾ ਪੁੱਜ ਗਿਆ ਇਹਨਾਂ ਭਰਾਵਾਂ ਦਾ ਵੀ ਧੰਨਵਾਦ ਹਾਂ ਕਾਲੀਏ ਵਾਲਿਆ ਛੇੜ ਕਹਾਣੀ ਨੌਜਵਾਨਾਂ
राजन कल्याण सारे वीरां दे प्यार परे सदे दे पुजे हुए आ लो पई ही रेड कहिंदे आ नौजवान ही बड़ा तगड़ा जाफी खेड मैदान विच सत्तू शेर पर दोना वाला शेर पर गया सत्तू ट्राई कर रहा है जो संघर्ष कीता साडे बुला रहे ने वाहिगुरु ने मेहर कीती हुण प्यार दी बदौलत जिथे भी रौनक लगदियां जांदे साडे वीर गुरबख सिंह डीबी साहब भी पुजे हुए आ कहिंदे सज्जी बाह लाली सिद्धू नथू चक्की दी गल्लां बड्डियां हो गए साल माजरी धरती दे धरतन बाबा बिशन दा स्पोर्ट्स कबड्डी क्लब नूं वड्डा मान दित्ता उते साडे भरा हरमन सेखो मन्ना पट्टी दे जान प्रधान पट्टी काज नाल अलमोण साडा बुरज वाला ते जोंडियर वीर निशान प्रधान सरहाली काज जान सिद्धू भोला नथू चक जोबर उबो के ते नाल भाला मनियाला जी सब आपां नूं ते गुरजीत जौड़ा जी लो पई फिर रेड ते हुण गल करांगे चार जापी खड़े आ के यार उह जो यारां तों जिंदवार दे लोड़ पवे यारियां दा मुल तार दे मिलदिआं नाल सवाब लखे सिद्धवा यारां विच वसदा ए रब लखे सिद्धवा सरदार अवतार सिंह जी बिल्ला साडा बहुत ही सत्कारयोग वीर सरपंच साहब पुजे होया नाल सोनी वीर आया होर भी वीर पुजे होया लवी राजना कर गल मुंडे दी पई रेड खेड दे मैदान विच मेरे वीरियो फिर रेड पैंदी होई उधर एंदगड़ी एक गल ने ट्राई कीती है पहला भी चोटी दिया टीमां पुजियां मली साहब एक ने जितना एक ने हरना ये तो चलता आया किस मैदान विच किसे टीम नूं जित मिल जांदी आ किस नगर चो किसे टीम नूं जित जितते ओनू मैली मेरे वीरियो जेड़े तड़के उठ के जिमां विच जांदे ने मेहनतां लाउंदे ने पर हारां विचों भी जित्तां मिलदियां जेड़े हारदे ने उहनां नूं भी कहिंदे चित नहीं उह बंदे नूं डलाउणा चाहीदा ते मिथिया मकाम सदा पाउणा चाहीदा रख लखे सिद्धवा भरोसा रब ते कर मेहनतां ही हुंदियां चढ़ाइयां जागते इधर पाले ने समाल भाई वाले ने जफा ला के कर मेहनतां ही हुंदियां चढ़ाइयां जागते लो काका आ गया समाल भाई पिंड वाला कबड्डी पा रहा चार जापी खड़े आ कौन तुलूगा दुनिया दी कसवटी ते इत्थे मिट्टी सोना हुंदा आया है गुरुआं पीर पैगंबरां जाना दे दे के डुबदा धर्म बचाए जन्म सेला मरन की वेला खंजर सीना सेक के और दुनिया खड़ी तमाशा वेख के दिल्ली दे चांदनी चौक विच गुरु तेग बहादुर हिंदरी चादर दी गल चली जफा चोटी दे लग्या कबड्डी दे मैदान विच अगली रेड कहिंदे मुंडा इहदे माता जी कहिंदे लायलपुर खालसा कालज जलंधर विच प्रिंसीपाला मैं वीर नूं पुछिया वी दो वीर कबड्डी खेडदे आ ਕਹਿੰਦਾ ਵੀਰਿਆ ਪਰਮਾਤਮਾ ਨੇ ਨਾਂ ਦਿੱਤਾ ਖੁੱਲੀਆਂ ਜ਼ਮੀਨਾਂ ਤੇ ਬਾਬੇ ਦੀ ਕਿਰਪਾ ਪਰ ਨਾਂ ਦੀ ਬਦੌਲਤ ਸ਼ੌਂਕ ਨਾਲ ਕਬੱਡੀ ਖੇਡਦੇ ਆ ਜਨੇਤਪੁਰੇ ਵਾਲੀ ਦੀ ਰੇਡ ਪੈ ਰਹੀ ਆ ਚਾਰ ਜੱਪੀ ਖੜੇ ਨੇ ਪਈ ਹੀ ਕਬੱਡੀ ਫੜਿਆ ਗੁੱਟ ਹਏ ਆ ਕੀ ਬਣ ਗਿਆ ਬੂਟਿਆ ਤਰਲੋਕ ਸਿੰਘ ਮੱਲੀ ਐਕਸ਼ਨ ਮਾਰ ਗਿਆ ਤਰਲੋਕ ਸਿੰਘ ਮੱਲੀ ਐਕਸ਼ਨ ਵੀ ਮਾਰ ਗਿਆ ਐਕਸ਼ਨ ਵੀ ਜ਼ਰੂਰੀ ਹੈ ਕਾਲੀਏ ਵਾਲਿਆ ਐਕਸ਼ਨ ਵੀ ਜ਼ਰੂਰੀ ਹੈ ਉਧਰ ਭਰਾ ਇਹਨੇ ਧੰਨਵਾਦ ਹੈ ਇਧਰ ਖੀਰਾ ਵਾਲੀਏ ਦੁੱਲੇ ਨੇ ਫਿਰ ਧਾਵਾ ਬੋਲ ਦਿੱਤਾ ਅੱਜ ਦਰਸ਼ਕਾਂ ਦਾ ਵੀ ਵੱਡਾ ਇਕੱਠ ਹੈ ਕੋਈ ਕਹਿੰਦਾ ਹੋਵੇਗਾ ਵੀ ਨਜ਼ਾਰਾ ਆ ਰਿਹਾ ਕੋਈ ਕਹਿੰਦਾ ਹੋਵੇਗਾ ਵੀ ਸਵਾਦ ਆ ਰਿਹਾ ਲਾਲੀ ਸਿੱਧੂ ਜੀ ਕਹਿੰਦੇ ਨੇ ਆਨੰਦ ਆ ਗਿਆ ਮਜ਼ਾ ਆ ਗਿਆ ਲਓ ਖੇਡ ਬਣਾ ਚਾ ਸੱਲੇ ਦੁੱਲੇ ਦੀ ਰੇਡ ਤੇ ਗਗਨ ਬਾਂਸੀਆ ਢੱਕ ਵਾਲੇ ਗੰਗਨੀ ਦੀ ਟਰਾਈ ਹੈ ਕਿ ਜਿੱਤਣੇ ਦਾ ਮਨ ਚ ਜੇ ਹੋਵੇ ਜਜ਼ਬਾ ਤੇ ਫਿਰ ਬੰਦਾ ਹਾਰਾ ਕੋਲੋਂ ਕਿੱਥੇ ਡਰਦਾ ਲੱਖੇ ਹੌਲੀ ਹੌਲੀ ਮੰਜ਼ਲਾਂ ਦੇ ਰਾਹ ਲੱਭਦੇ ਕਰ ਮਿਹਨਤਾਂ ਹੀ ਹੁੰਦੀਆਂ ਚੜਾਈਆਂ ਜੱਗ ਤੇ ਕਰ ਮਿਹਨਤਾਂ ਹੀ ਹੁੰਦੀਆਂ ਚੜਾਈਆਂ ਜੱਗ ਤੇ ਚਾਰ ਜਾਪੀ ਖੜੇ ਨੇ ਰੇੜ ਪੈਰੀ ਬਾਬਾ ਸੂਬਾ ਸਿੰਘ ਜੀ ਘਵਾੜਕੇ ਵਿੱਚ ਵੱਡਾ ਖੇਡ ਮੇਲਾ ਕਰਵਾਉਂਦੇ ਆ ਉਹ ਵੀ ਚੇਚੇ ਤੌਰ ਤੇ ਆਪਣੇ ਸੇਵਕਾਂ ਦੇ ਨਾਲ ਪੁੱਜੇ ਹੋਏ ਆ ਬਹੁਤ ਬਹੁਤ ਧੰਨਵਾਦ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਵੱਡੀ ਮਿਹਰ ਆ 550 ਸਾਲਾਂ ਪੂਰੀ ਦੁਨੀਆ ਵਿੱਚ ਗੁਰਪੁਰਬ ਮਨਾਇਆ ਜਾ ਰਿਹਾ ਧੰਨ ਗੁਰੂ ਨਾਨਕ ਦੇਵ ਜੀ ਦੀ ਵੱਡੀ ਮਿਹਰ ਵੱਡੀ ਕਿਰਪਾ ਚਾਰ ਜਾਪੀ ਖੜੇ ਨੇ ਕਈ ਛਿੜੀਆਂ ਕੌਮਾਂ ਦੇ ਵਿੱਚ ਜੰਗਾਂ ਲਾਲੀ ਕਿਵੇਂ ਵਿਖਾਈ ਰੰਗਾਂ ਟੁੱਟੀਆਂ ਲਾਵਾਂ ਵੇਲੇ ਵੰਗਾਂ ਦਾਦੀ ਮਹਿੰਦਰ ਕੌਰ ਦੀਆਂ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦਸ ਲਾਹੌਰ ਦੀਆਂ ਦਸ ਲਾਹੌਰ ਦੀਆਂ ਉਧਰ ਸਰਦਾਰ ਅਵਤਾਰ ਸਿੰਘ ਜੀ ਬਿੱਲਾ ਸਰਪੰਚ ਜੋੜਿਆਂ ਵਾਲੇ ਵੱਡੇ ਮਾਣ ਪੁੱਜਦੇ ਕਰਦੇ ਨੇ ਧੰਨਵਾਦ ਹੈ ਮਨਦੀਪ ਕਾਲੀਏ ਲਈ ਵੀ ਵੱਡੇ ਮਾਣ ਪੁੱਜਦੇ ਹੋਏ ਨੇ ਲਓ ਸਾਹਮਣੇ ਪੈਂਦੀ ਹੋਈ ਰੇਡ ਮੇਰੇ ਵੀਰਿਓ ਖੇਡ ਦੇ ਮੈਦਾਨ ਵਿੱਚ ਆਸਲੇ ਪੈਂਦੀ ਰੇਡ ਜਾਪੀ ਚਾਰ ਚਾਰੇ ਤਿਆਰ ਉਹ ਇੱਕ ਨੇ ਕਹਿੰਦੇ ਵੱਧ ਕੇ ਦੋਨੇ ਲੱਟਾਂ ਵੜ ਲਈਆਂ ਤੇ ਨੰਬਰ ਕਹਿੰਦੇ ਆਸਲੇ ਜੱਗੇ ਮਲੀਆਂ ਵਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਪਹਿਲਾ ਸੈਮੀ ਫਾਈਨਲ ਮੇਰੀ ਬੇਨਤੀ ਆ ਵੀ ਟੀਮਾਂ ਆ ਜਾਣਗੀਆਂ ਪਹਿਲਾ ਸੈਮੀ ਫਾਈਨਲ ਤੋਤਾ ਸਿੰਘ ਵਾਲਾ
ਤੇ ਘਮਾਨ ਦੀ ਟੀਮ ਹੈ। ਲਓ ਕਹਿੰਦੇ ਮੁੰਨਾ ਖੋਜੇ ਵਾਲੀ ਆ ਕਬੱਡੀ ਪਾ ਰਿਹਾ, ਲਓ ਮੁੰਨਾ ਕਹਿੰਦੇ ਖੋਜੇ ਵਾਲੀ ਆ ਕਬੱਡੀ ਪਾ ਰਿਹਾ। ਸਾਡੇ ਭਰਾ ਸੱਜੀਆਂ ਖੱਬੀਆਂ ਬਾਹਾਂ ਪੁੱਜੇ ਹੋਏ ਚੇਚੇ ਤੌਰ ਤੇ, ਰਹਿਣ ਸਲਾਮਤ ਸਦਾ ਜਰਾਨੇ ਰਸਤੇ ਸਗੇ ਭਰਾਵਾਂ ਦੇ, ਰਾਜੇ ਖੇਲੇ ਮਾਣ ਕਰੀਦਾ ਇਹਨਾਂ ਸੱਜੀਆਂ ਖੱਬੀਆਂ ਬਾਹਾਂ ਤੇ। ਦੇ ਨਹੀਂ ਦੇ ਸਕਦੇ ਜਿੰਨਾ ਵੀਰਾਂ ਨੇ ਵੱਡਾ ਮਾਣ ਦਿੱਤਾ ਸਾਡੇ ਭਰਾਵਾਂ ਨੇ। ਲਵੀ ਰਾਜ ਨਾਲ ਕਰ ਗੱਲ, ਹਰਮਨ ਸਿੱਖ ਹੋਣੀ ਸਾਡੇ ਭਰਾ ਹੈ ਆਪਣੇ ਸਾਰੇ ਯਾਰਾਂ ਦੇ ਨਾਲ, ਬਹੁਤ ਹੀ ਸਤਿਕਾਰਯੋਗ ਆ, ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਨੇ ਹਰਮਨ ਸੇਖੋ ਜੀ, ਚੇਚੇ ਤੌਰ ਤੇ ਪੁੱਜੇ ਪੱਟੀ ਦੀ ਜਿੰਦ ਜਾਨ ਨੇ। ਬਹੁਤ ਧੰਨਵਾਦ ਸਾਡਾ ਵੀਰ, ਕਾਲਜ ਦੀਆਂ ਗੱਲਾਂ ਚੱਲਦੀਆਂ ਨੇ, ਗੱਲਾਂ ਵੱਡੀਆਂ ਕਰਾ ਕੇ ਸਾਡੇ ਵੀਰ ਪੁੱਜੇ ਹੋਏ ਆ। ਰੇਡ ਪੈ ਗਈ ਖੇਡ ਮੈਦਾਨ ਵਿੱਚ, ਚਾਰ ਜਾਫੀ ਖੜੇ ਨੇ ਕਾਲੀਏ ਵਾਲਿਆ, ਉਧਰ ਸਕਰੀਨ ਵੱਲ ਨਿਗਾਹ ਮਾਰਤੇ, ਮੈਚ ਵੀ ਕਹਿੰਦੇ ਤੇਜ਼ ਹੋ ਗਿਆ। ਲਾਵੀ ਕੌਰਿਆ ਤਾਸ਼ਪੁਰ ਵਾਲਿਆ, ਫੜ ਕੇ ਦਿਖਾ ਮੁੰਡਾ, ਇਹ ਇੱਬਣ ਵਾਲਾ ਬੱਚੀ ਆ, ਇੱਬਣ ਵਾਲਾ ਬੱਚੀ ਹੈ ਜਿਹਨੇ ਨੰਬਰ ਕਹਿੰਦੇ ਇੱਕ ਹੋਰ ਆਪਣੀ ਟੀਮ ਲਈ ਜੋੜ ਦਿੱਤਾ। ਇਧਰ ਭਰਾ ਜਿਹੜੇ ਤਸਵੀਰਾਂ ਖਿੱਚ ਰਹੇ ਸਾਈਡ ਤੇ ਹੋ ਜਾਓ, ਕਿਉਂਕਿ ਬੱਸ ਵਿੱਚ ਲਿਖਿਆ ਹੁੰਦਾ ਕਿ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਆਪ ਹੈ, ਪਰ ਖੇਡ ਮੈਦਾਨ ਵਿੱਚ ਆਪਣੀ ਜ਼ਿੰਮੇਵਾਰੀ ਵੀ ਆਪ ਹੈ। ਲਓ ਸਾਹਮਣੇ ਕਾਕੇ ਦੀ ਰੇਡ, ਉਧਰ ਚੱਕੇ ਜਾਮ, ਚੱਕੇ ਜਾਮ, ਚੱਕੇ ਜਾਮ, ਉਹ ਚੱਕੇ ਜਾਮ ਸ਼ੇਖ ਦੌਲਤ ਵਾਲੇ ਬਿੱਕੀ ਨੇ ਕਰ ਦਿੱਤੇ ਆ, ਉਹ ਸ਼ੇਖ ਦੌਲਤ ਵਾਲੇ ਬਿੱਕੀ ਨੇ ਕਰ ਦਿੱਤੇ ਆ। ਉਧਰ ਕਹਿੰਦੇ ਸ਼ੇਖ ਦੌਲਤ ਵਾਲੇ ਬਿੱਕੀ ਨੇ ਝੰਡੇ ਕੱਢ ਦਿੱਤੇ ਆ। ਲਓ ਜਿਹਨੂੰ ਕਹਿੰਦੇ ਪਰਮਾਤਮਾ ਚੜਾ ਦੇਵੇ, ਜਿਹਦਾ ਮਾਣ ਵਾਜੇ ਸੰਗਤ ਵਿੱਚ, ਉਹਨੂੰ ਕੋਈ ਲਾ ਨਹੀਂ ਸਕਦਾ। ਲੱਤਾਂ ਖਿੱਚਣ ਵਾਲੇ ਬਹੁਤ ਆ, ਮੇਰਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਚੋਟੀ ਦਾ ਕੱਪ ਚੱਲ ਰਿਹਾ ਅੱਜ ਨੱਥੂ ਚੱਕ ਦੇ ਵਿੱਚ, ਚਾਰ ਜਾਪੀ ਖੜੇ ਆ। ਨਵੀਂ ਕੌਰਿਆ ਜੇ ਤੂੰ ਬਗਲਾਂ ਭਰ ਕੇ ਜੱਫਾ ਲਾ ਦੇਣਾ ਤੇ ਡੀਪੀ ਸਾਹਿਬ ਨੇ ਆਪ ਤਾੜੀ ਮਾਰ ਦੇਣੀ ਆ, ਕਿਉਂਕਿ ਮਾਣ ਹੁੰਦਾ ਕੋਚਾਂ ਨੂੰ ਆਪਣੇ ਚੰਡੇ ਹੋਏ ਖਿਡਾਰੀਆਂ ਤੇ। ਪਈ ਰੇਡ ਤੇ ਕੌਣ ਕੌਣ ਜੱਫਾ ਲਓ ਗੱਲ ਸਮੇਂ ਦੀ ਆ। ਮੁੰਡਾ ਕਹਿੰਦੇ ਢੁੱਡਾ ਲੈ ਲੈ ਪੈਂਦਾ, ਮੁੰਡਾ ਢੁੱਡਾ ਲੈ ਲੈ ਪੈਂਦਾ। ਕਹਿੰਦੇ ਨਕੋਦਰ ਦੇ ਏਰੀਏ ਤੋਂ ਆਇਆ ਜੱਗਾ ਮੱਲੀਆਂ ਵਾਲਾ, ਕਹਿੰਦੇ ਖੇਡ ਮੈਦਾਨ ਚ ਜੱਫਾ ਲਾ ਗਿਆ। ਨਵੀਂ ਰਾਜ ਨੇ ਉਧਰ ਸਾਡੇ ਸਰਦਾਰ ਅਵਤਾਰ ਸਿੰਘ ਜੀ ਬਿੱਲਾ ਦੇ ਪੁੱਤਰ ਨੇ, ਕੇ ਪੀ ਸਰਪੰਚ ਉਹਨਾਂ ਦੇ ਘਰੇ ਸੱਚੇ ਪਾਤਸ਼ਾਹ ਨੇ ਪੁੱਤਰ ਦੀ ਦਾਤ ਬਖਸ਼ੀ ਆ ਕਿ ਪੁੱਤਰ ਮਿਠੜੇ ਮੇਵੇ ਰੱਬ ਸਭ ਨੂੰ ਦੇਵੇ। ਲਾਲੀ ਸਿੱਧੂ ਜੀ ਉਧਰ ਨੇਕੇ ਕੋਚ ਹੁਣੀ ਮੂਵ ਸਪਰੇ ਦੀ ਮੰਗ ਕਰ ਰਹੇ ਆ, ਪਲੀਜ਼ ਆਪਾਂ ਮੂਵ ਸਪਰੇ ਖਿਡਾਰੀਆਂ ਲਈ ਪਹੁੰਚਦੀ ਕਰ ਦਈਏ। ਅੰਤਰ ਜਨੇਦਪੁਰੀ ਆ, ਫਿਰ ਕਬੱਡੀ ਪਾ ਰਿਹਾ ਮੇਰੇ ਵੀਰਿਓ। ਉਧਰ ਸਾਡੇ 27 ਤੇ 24 ਹਜੇ ਕੋਈ ਜ਼ਿਆਦਾ ਫਰਕ ਨਹੀਂ ਮੇਰੇ ਵੀਰਿਓ, ਹਜੇ ਕੁਝ ਵੀ ਹੋ ਸਕਦਾ, ਹਜੇ ਕੁਝ ਵੀ ਹੋ ਸਕਦਾ, ਹਜੇ ਕਿਹੜੀ ਟੀਮ ਨੇ ਜਿੱਤਣਾ ਇਹ ਸ਼ੱਕ ਜੇ ਰਹਿਣੀ ਆ। ਉਹ ਮੇਲਾ ਨੱਥੂ ਚੱਕ ਦਾ ਧੱਕ ਤੇ ਪੈਣੀ ਹੈ। ਗੁਰਸੇਵਕ ਸਿੰਘ ਜੀ ਪਟਵਾਰੀ ਦੇ ਨਾਲ ਸਾਡਾ ਪਿੰਦਰ ਸਿੱਧੂ ਵੱਡੇ ਯੋਧਾ ਨੇ, ਸਤਨਾਮ ਸਿੰਘ ਜੀ ਪ੍ਰਧਾਨ ਹੋਣਾ ਦੇ। ਲਓ ਪਈ ਹੀ ਰੇਡ ਕੇ ਕੋਨੇ ਕੋਨੇ ਵਿੱਚ ਵੱਸਦਾ ਗੱਭਰੂ, ਪੱਥਰ ਨੂੰ ਪੜੇ ਯਾਰ ਕੁੜੇ, ਉਹ ਬੰਦਾ ਬੰਦੇ ਨੇ ਕਦੋਂ ਮਾਰਿਆ ਮਰਦਾ, ਮਾਰੇ ਨਾ ਕਰਤਾਰ ਕੁੜੇ, ਆਰ ਨੈਤ ਗੱਲਾਂ ਨਾ ਨੀ ਚੱਲਣਾ ਵੇ, ਆਰ ਨੈਤ ਗੱਲਾਂ ਨਾ ਨੀ ਚੱਲਣਾ, ਤੇਰੇ ਚੱਲਣੇ ਸ਼ਿੱਕੇ ਆ ਕਿ ਅੱਜ ਆ ਮੁੰਡੇ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦੱਬਦਾ ਕਿੱਥੇ ਆ, ਪਰ ਦੱਬਦਾ ਕਿੱਥੇ ਆ, ਜੱਫਾ ਚੋਟੀ ਦਾ ਲੱਗਿਆ। ਦਿਲਬਾਗ ਘਰਿਆਲਾ ਜੀ ਕੈਮਰਿਆਂ ਤੋਂ ਮਨਦੀਪ ਕਾਲੀਆ ਜੀ ਪਿੱਛੇ ਹੋ ਕੇ ਸਾਈਡ ਤੇ ਹੋ ਕੇ, ਕਿਉਂਕਿ ਦੁਨੀਆ ਜੁੜੀ ਹੋਈ ਹੈ। ਸਾਡਾ ਭਰਾ ਕਹਿੰਦਾ ਵੀ ਮੈਨੂੰ ਆਸਟ੍ਰੇਲੀਆ ਹੁਣਾਂ ਦੇ, ਗਗਨ ਆਸਟ੍ਰੇਲੀਆ ਹੁਣਾਂ ਦੇ, ਗੁੱਗੂ ਗੱਲ ਹੁਣਾਂ ਦੇ, ਯੋਗਰਾਜ ਹੁਣਾਂ ਦੇ ਵੱਡੇ ਸਹਿਯੋਗ ਹੈ। ਲਾਲੀ ਸਿੱਧੂ ਸਾਡਾ ਭਰਾ ਕਹਿੰਦਾ ਇਸ ਕੱਪ ਲਈ ਪ੍ਰਭ ਹੁਣੀ ਕਹਿੰਦੇ ਵੀ ਵੱਡੇ ਸਹਿਯੋਗ ਹੈ। ਜੇ ਆਡੀ ਟਰਾਂਸਪੋਰਟ ਕੈਨੇਡਾ ਵਾਲੇ ਜਸਕਰਨ ਢਿੱਲ ਹੋਣਾ ਦੇ, ਲਓ ਸਾਹਮਣੇ ਪੈਂਦੀ ਰੇਡ, ਉਹ ਕਾਲੇ ਸੰਗਿਆਂ ਵਾਲਾ ਨਵੜਾ, ਉਹ ਕਾਲੇ ਸੰਗਿਆਂ ਵਾਲਾ ਨਵੜਾ, ਉਹ ਕਾਲੇ ਸੰਗਿਆਂ ਵਾਲਾ ਨਵੜਾ ਕੋਸ਼ਿਸ਼ ਕਰਦਾ, ਪਰ ਨੰਬਰ ਤਾਲਮੇਲ ਦੇ ਨਾਲ ਫੈਸਲਾ ਵੱਜੀਆਂ, ਐਨ ਬਿਸਲਾ ਤਾਲਮੇਲ ਦੇ ਨਾਲ ਵੱਜੀਆਂ, ਫੈਸਲੇ ਤਾਲਮੇਲ ਦੇ ਨਾਲ ਹੋਏ ਵੀ ਨੰਬਰ ਕਮਲ ਨੇ ਆਪਣੀ ਟੀਮ ਲਈ ਜੋੜ ਦਿੱਤਾ। ਦੁੱਲਾ ਖੀਰਾ ਵਾਲੀਆ ਰੇਡ ਪਾ ਰਿਹਾ, ਉਧਰ ਕਹਿੰਦੇ ਗਗਨੀ ਬਾਂਸੀਆਂ ਢੱਕ ਵਾਲਾ ਫਲੌਰ ਦੇ ਏਰੀਏ ਤੋਂ ਆਇਆ, ਮੁੰਡੇ ਬੜੀ ਦੂਰ ਤੋਂ ਆਏ ਨੇ। ਨਵੀਂ ਬੂਟਿਆ ਆਉਂਦੇ ਸਾਲ, ਕਹਿੰਦੇ ਇੱਕ ਸਾਲ ਬਾਅਦ, ਜਿਵੇਂ ਅਮਰੀਕ ਕਹਿੰਦਾ ਹੁੰਦਾ ਵੀ 12 ਮਹੀਨਿਆਂ ਬਾਅਦ। ਨਵੀਂ ਰਾਜਨਾ ਹੁਣ ਅੰਤਰ ਦੀ ਕਬੱਡੀ ਆ, ਵੀਰਾਂ ਨੇ ਮਾਣ ਕੀਤਾ, ਹੁਣ ਮੁੰਨਾ ਮੁੱਲ ਤਾਂ ਉਤਾਰ ਕੇ ਕਿਹੜਾ ਕਬੱਡੀ ਦੇ ਮੈਦਾਨ ਵਿੱਚ, ਉਹਨਾਂ ਜ਼ੋਰ ਤਾਂ ਲਾ ਲਈਏ ਜਨੇਤਪੁਰੇ ਵਾਲਾ, ਅਮਰੂਦ ਦੇ ਜੱਫੇ ਲਾਏ ਹੋਏ ਬਗੀਚੇ ਦੇ ਨਾਲ, ਦੁਨੀਆਂ ਨੂੰ ਯਾਦ ਆ ਤਾਸ਼ਪੁਰ ਗਾ, ਸੱਤੂ ਸ਼ੇਰਪੁਰ ਗਾ ਖੜਿਆ ਮੇਰੇ ਮਿੱਤਰ ਸੱਤੂ ਤੇ ਅੰਤਰ।
ਸੱਤੂ ਤੇ ਅੰਤਰ ਬੱਲੇ ਬੱਲੇ ਟੱਕਰ ਸ਼ੇਰਾਂ ਦੀ ਆ ਜਿਹੜੇ ਮੋਢਿਆਂ ਉੱਤੋਂ ਸੀ ਬੁੱਕਦੇ ਮੁੱਠੀਆਂ 'ਚ ਮੀਚੇ ਹੋਏ ਆ ਤੇ ਸਿਰ ਕੱਢ ਮੇ ਰਿਕਾਰਡ ਪੈਦਾ ਕੀਤੇ ਆ ਬੂਟਾ ਅਮਰੀ ਵਾਲਾ ਜਾਣਦਾ ਵੀ ਮਨਦੀਪ ਕਾਲੀਏ ਵਾਲਾ ਗਾਉਂਦਾ ਵੀ ਸੋਹਣਾ ਆ ਜਦੋਂ ਕਹਿੰਦੇ ਮਲੇਸ਼ੀਆ ਦੇ ਵਿੱਚ ਗਏ ਕਦੇ ਕਦੇ ਮੀਂਹ ਪੈਂਦਾ ਸੀ ਡੀਬੀ ਕੋਚ ਜੀ ਫਿਰ ਕਹਿੰਦੇ ਮਨਦੀਪ ਕਾਲੀਆ ਗਾਣਾ ਸੁਣਾ ਦਿੰਦਾ ਸੀ ਭਰਾ ਦਾ ਧੰਨਵਾਦ ਹੈ ਅੱਜ ਡੱਬ ਖੜਬੀ ਗਾ ਦੇ ਪੈਸੇ ਦੇ ਦਿੱਤੇ ਆ ਪਰ ਸਾਹਮਣੇ ਪੈਂਦੀ ਰੇਡ ਦੇ ਨਾਲ ਜੁੜੀਏ ਉਹ ਖੋਜੇ ਵਾਲੀਆ ਉਹ ਖੋਜੇ ਵਾਲੀਆ ਇਸ ਲਈ ਮੁੰਨਾ ਤੇ ਦੂਜੇ ਪਾਸੇ ਲਾਲੀ ਆ ਕਹਿੰਦੇ ਚਗਾਵਾਂ ਰਾਜਨਾ ਤੂੰ ਮਲੇਸ਼ੀਆ ਦੀਆਂ ਯਾਦਾਂ ਤਾਜ਼ੀਆਂ ਕਰਾਤੀਆਂ ਗੱਲਾਂ ਕਹਿੰਦੇ ਕਰਨੈਲ ਪਾਰਸ ਨੇ ਜਦੋਂ ਕੀਤੀਆਂ ਤੇ ਹਰਭਜਨ ਮਾਨ ਨੇ ਕਿਹਾ ਸੀ ਕਿ ਜੇ ਬਾਪੂ ਤੂੰ ਨਾ ਹੁੰਦਾ ਤੇ ਸਾਨੂੰ ਕੌਣ ਪੁੱਛਦਾ ਜੇ ਬੂਟਾ ਨਾ ਹੁੰਦਾ ਤਾਂ ਮਲੇਸ਼ੀਆ ਮੈਨੂੰ ਵੀ ਕਿਸੇ ਨੇ ਨਹੀਂ ਪੁੱਛਣਾ ਸੀ ਛੇੜ ਕਹਾਣੀ ਰਾਜਨਾ ਸਰਬਜੀਤ ਚੀਮੇ ਉਹਨਾਂ ਦਾ ਵੀ ਕਹਿੰਦੇ ਜ਼ਿਲ੍ਹਾ ਤਰਨ ਤਾਰਨ ਹੈ ਜਿਹੜੇ ਮਲੇਸ਼ੀਆ ਦੇ ਵਿੱਚ ਕਬੱਡੀ ਚਲਾਉਂਦੇ ਲਾ ਸਾਹਮਣੇ ਰੇਡ ਫਿਰ ਮੇਰੇ ਵੀਰੇ ਪੈਂਦੀ ਆ ਉਹ ਸਾਹਮਣੇ ਕਹਿੰਦੇ ਤਾਜਪੁਰੀਏ ਕੌਰੇ ਦੀ ਸਿੱਧਾ ਹਿੱਕ ਦੇ ਵਿੱਚ ਹੱਥ ਮਾਰਿਆ ਕਿ ਜੇ ਛਾਤੀ ਵਿੱਚ ਬਲ ਹੋਵੇ ਦੁਨੀਆ ਫੇਰ ਪੁੱਛਦੀ ਸਰਨਾਮਾ ਹਰਜੀਤ ਬਰਾੜ ਜੇ ਵਿਰਲੇ ਪੁੱਤ ਜੰਮਦੀਆਂ ਮਾਵਾਂ ਹੁਣ ਲੱਗੀ ਆ ਗੱਲ ਟਿਕਾਣੇ ਨੌਜਵਾਨ ਰੇਡ ਪਾ ਰਿਹਾ ਖੇਡ ਮੈਦਾਨ ਵਿੱਚ ਲਓ ਪਹਿਲੀ ਕਬੱਡੀ ਚਾਰ ਜਾਪੀ ਖੜੇ ਨੇ ਖੋਜੇ ਵਾਲੇ ਪਿੰਡ ਮੁੰਨੇ ਨੇ ਪੂਰੀ ਦੁਨੀਆ ਭਰ ਵਿੱਚ ਪ੍ਰਸਿੱਧ ਕਰਤਾ ਮੇਰੇ ਮਿੱਤਰੋ ਪਹਿਲੀ ਰੇਡ ਤੇ ਗੁਰਵਿੰਦਰ ਘੋਲ ਗਿਆ ਵਾਲਾ ਫੜ ਲੈ ਜੇ ਪੱਟ ਘੋਲ ਗਿਆ ਕਹਿੰਦੇ ਫਿਰ ਛੱਡਦਾ ਨੀ ਫੜ ਲੈ ਜੇ ਲੱਤ ਘੋਲੀਆ ਕਹਿੰਦੇ ਫਿਰ ਛੱਡਦਾ ਨੀ ਨੱਥੂ ਚੱਕਦਾ ਕਬੱਡੀ ਕੱਪ ਭੰਗੜੇ ਪੈ ਰਹੇ ਮੇਰੇ ਮਿੱਤਰੋ ਅਗਲੀ ਰੇਡ ਤੇ ਰਾਜਨਾ ਕਰ ਗੱਲ ਮੁੰਡੇ ਦੀ ਪਹਿਲਾ ਸੈਮੀ ਫਾਈਨਲ ਤੋਤਾ ਸਿੰਘ ਵਾਲੇ ਦੀ ਟੀਮ ਤੇ ਘਮਾਣਾ ਦੀ ਟੀਮ ਨੂੰ ਮੱਲੀ ਸਾਹਿਬ ਮੈਂ ਤਾਂ ਬੇਨਤੀ ਕਰੀ ਜਾਂਦਾ ਮੱਲੀ ਸਾਹਿਬ ਨੇ ਦੋਹੇ ਵਾਹਾਂ ਉੱਪਰ ਨੂੰ ਕਰਕੇ ਕਹਿਣਾ ਵੀ ਹੁਣ ਕਲਿਆਣ ਸੱਦ ਲੈ ਸਮਾਂ ਆਜ਼ਾਦ ਨਹੀਂ ਦੇ ਰਿਹਾ ਨਾ ਉਹ ਸਾਹਮਣੇ ਕਮਲ ਕਬੱਡੀ ਪਾ ਰਿਹਾ ਸ਼ੇਰਪੁਰ ਦੋਨਾਂ ਦੀ ਧਰਤੀ ਦਾ ਸੱਤੂ ਜਾਂ ਕਾਲੇ ਸੰਗਿਆਂ ਵਾਲਾ ਉਹ ਨਵੜਾ ਗੁੜ ਤੋਂ ਫੜ ਕੇ ਕੈਂਚੀ ਲਾਵੇਗਾ ਸਮਾਂ ਦੱਸੇਗਾ ਮੇਰੇ ਵੀਰਿਓ ਸਮਾਂ ਦੱਸੇਗਾ ਲੈ ਵੀ ਰਾਜਨਾ ਅਗਲੀ ਰੇਡ ਤੇ ਪਰ ਫੈਸਲੇ ਜੱਜਾਂ ਨੇ ਫੈਸਲੇ ਕਰਤੇ ਵੀ ਮੈਚ ਸਮਾਪਤ ਹੋ ਗਿਆ ਖੇਡ ਮੈਦਾਨ ਵਿੱਚ ਮੈਚ ਸਮਾਪਤ ਅਗਲੀਆਂ ਟੀਮਾਂ ਸੱਦ ਲਾ ਬਾਈ ਰਾਜਨ ਜੀ ਹਾਂ ਟੀਮਾਂ ਨੂੰ ਹਾਕ ਦਿਓ ਟੀਮਾਂ ਨੂੰ ਬੇਨਤੀ ਆ ਟੀਮਾਂ ਲਗਭਗ ਆ ਗਈਆਂ ਜਿਹੜੇ ਖਿਡਾਰੀ ਰਹਿੰਦੇ ਆ ਪਲੀਜ਼ ਉਹ ਵੀ ਆ ਜਾਣ ਅਗਲੇ ਬੁਲਾਰੇ ਸਾਡੇ ਵੀ ਰਾਜ ਹੁਣਾਂ ਦਾ ਧੰਨਵਾਦ ਹੈ ਤੇ ਨਾਲ ਇਹਨਾਂ ਦੇ ਬੂਟਾ ਜੀ ਤੁਹਾਡੀ ਹਾਂ ਭਰਾ ਦਾ ਨਿਸ਼ਾਨ ਭਰਾ ਕਹਿੰਦਾ ਵੀ ਪਰਸ ਡੈਗਿਆ ਬਟੂਆ ਡੈਗਿਆ